हेलो, मेरा नाम चौधरी हरिजेंद्र नेजर हैगा ते मैं पंडोरी निचला दा जट हैगा। ते क्रिश्चियनिटी ते सिखिज़म ते रियल इस्लाम दा प्रचार करदा। रियल इस्लाम जिहड़ा हैगा शरिया फ्री हैगा, सूरज दा हैगा, चंद तारे दा नहीं हैगा। चंद तारे दा इस्लाम मुल्ला दा हैगा। ते सिखिज़म जिहड़ा हैगा कंटीन्यूएशन ऑफ क्रिश्चियनिटी। ਤੇ ਇਹ ਮੈਂ ਹੁਣ ਕਰਨ ਲੱਗਾ ਬਾਣੀ ਦਾ ਹੈਗਾ, ਸਲੋਕ ਹੈਗਾ ਸਤਿਗੁਰੂ ਨਾਨਕ ਦੇਵ ਜੀ ਦੇ, ਪੰਨਾ ਹੈਗਾ 790, ਇਹ ਪਾਰਟ 2 ਹੈਗਾ। ਤੇ ਕਿਵੇਂ ਅਕਾਲ ਪੁਰਖ ਨਾਲ ਮਿਲਣਾ ਹੈਗਾ। ਦਰ ਮੰਗਤੇ ਦਰ ਮੰਗਤ ਜਾਚੇ ਦਾਨ, ਤੇਰੇ ਦਰ ਤੇ ਮੰਗਤੇ ਇਹ ਮੰਗਦੇ ਨੇ, ਉਹ ਜਾਚਦੇ ਨੇ ਯਾਨੀ ਕਿ ਮੰਗਦੇ ਨੇ ਦਾਨ। ਹਰ ਦੀਜੇ ਕਿਰਪਾ ਕਰ, ਹਰ ਦੀਜੇ ਤੁਸੀਂ ਕਿਰਪਾ ਨਾਲ ਦਿੰਦੇ, ਜੇ ਕਿਰਪਾ ਨਜ਼ਰ ਹੋਵੇ ਤੁਹਾਡੀ ਤਾਂ ਦਾਨ ਮਿਲਦਾ, ਨਹੀਂ ਤਾਂ ਨਹੀਂ ਮਿਲਦਾ। ਅਤੇ ਗੁਰਮੁਖ ਲੈ ਮਿਲਾਏ, ਜਿਹੜੇ ਗੁਰਮੁਖ ਹੈਗੇ ਨੇ ਉਹਨਾਂ ਨੂੰ ਤਾਂ ਮਿਲਾ ਲਈਦਾ ਨਾਲ। ਗੁਰਮੁਖ ਜਿਹੜਾ ਹਰਫ ਹੈਗਾ ਗੁਰ ਅਤੇ ਮੁਖ, ਗੁਰ ਹੈਗਾ ਢੰਗ, ਮੁੱਖ ਹੈਗਾ ਮੂੰਹ। ਉਹ ਆਦਮੀ ਜਿਹੜੇ ਢੰਗ ਨਾਲ ਬੋਲਦੇ ਨੇ ਯਾਨੀ ਕਿ ਲੋਜੀਕਲ ਰੀਜਨਿੰਗ ਨਾਲ ਕਰਦੇ ਨੇ, ਉਹ ਹੁੰਦੇ ਨੇ ਗੁਰਮੁਖ। ਗੁਰਮੁਖ ਜਿਹੜੇ ਹੈਗੇ ਨੇ ਉਹ ਤਾਂ ਮਿਲ ਜਾਂਦੇ ਨਾਲ। ਜਿਹੜੇ ਚਤਰ ਚਲਾਕ ਹੁੰਦੇ ਨੇ ਉਹ ਆਪਣੀਆਂ ਚਤਰਾਈਆਂ ਚਲਾਉਂਦੇ ਨਾ, ਜਦੋਂ ਉਦੋਂ ਕੁਛ ਨਹੀਂ ਮਿਲਦਾ ਉਹਨਾਂ ਨੂੰ। ਅਤੇ ਗੁਰਮੁਖ ਜਿਹੜਾ ਹੈਗਾ ਉਹਦੀ ਰਜ਼ਾ ਦੇ ਮੁਤਾਬਿਕ ਚੱਲਦਾ, ਉਹਦੇ ਰਜ਼ਾ ਦੇ ਮੁਤਾਬਿਕ ਸੋਚਦਾ ਹੈਗਾ, ਆਪਣੀ ਨਹੀਂ ਸੋਚਦਾ। ਜਿੱਦਾਂ ਉਹ ਲੋਜੀਕਲ ਰੀਜਨਿੰਗ ਕਰਦੇ ਆ ਤੁਸੀਂ, ਜੋ ਨਿਕਲਦਾ ਹੈਗਾ ਉਹੀ ਉਹ ਦੱਸਦਾ ਹੈਗਾ ਤੱਤ ਮੋੜ, ਆਪਣੇ ਵੱਲੋਂ ਨਹੀਂ ਕੁਛ ਲਾਉਂਦਾ। ਗੁਰਮੁਖ ਲੈ ਮਿਲਾਏ ਜਨ, ਜਨ ਦਾ ਮਤਲਬ ਹੈਗਾ ਪੁੱਤਰ, ਹਰ ਜਨ। ਜਨ ਪਾਵੇ ਨਾਮ ਹਰ, ਉਹ ਆਦਮੀ ਉਹਦਾ ਨਾਮ ਪਾਉਂਦੇ ਨੇ, ਉਹ ਪੁੱਤਰ ਉਹਦਾ ਨਾਮ ਪਾਉਂਦੇ ਨੇ। ਅਨਹਦ ਸ਼ਬਦ ਵਜਾਏ, ਇਹ ਸ਼ਬਦ ਜਿਹੜਾ ਅਨਹਦ ਹੈਗਾ ਯਾਨੀ ਕਿ ਇਹ ਕਿਤੇ ਕਿਤਾਬਾਂ 'ਚ ਨਹੀਂ ਮਿਲਦਾ ਜਾਂ ਹੋਰ ਨਹੀਂ ਕਿਤੇ ਮਿਲਦਾ, ਇਹ ਧੋਤਕੀ ਬਾਣੀ ਹੈਗੀ। ਅਤੇ ਉਹ ਫਿਰ ਜਦੋਂ ਤੁਹਾਨੂੰ ਨਾਮ ਮਿਲਦਾ ਹੈਗਾ ਤੁਸੀਂ ਫਿਰ ਉਹਨੂੰ ਖਰਚਦੇ ਹੈਗਾ, ਜਿੱਦਾਂ ਖਰਚਦੇ ਆ ਅਕਾਲ ਪੁਰਖ ਹੋਰ ਤੁਹਾਨੂੰ ਦਿੰਦਾ ਹੈਗਾ, ਅਨਹਦ ਦਿੰਦਾ ਹੈਗਾ, ਉਹਦੀ ਕੋਈ ਹੱਦ ਨਹੀਂ ਹੈਗੀ। ਜਿੱਦਾਂ ਭਗਤ ਕਬੀਰ ਜੀ ਸੀਗੇ, ਚੌਥੀ ਪਦਵੀ ਦੇ ਚੌਥੇ ਪਦ ਦੇ ਸਿੱਖ ਸਨ ਭਗਤ, ਉਹਨਾਂ ਨੂੰ ਅਨਹਦ ਸ਼ਬਦ ਸੀਗਾ ਉਹਨਾਂ ਕੋਲ ਪਾਸ। ਅਨਸ਼ਦ ਸ਼ਬਦ ਵਜਾਏ ਜੋਤੀ ਜੋਤ ਧਾਰ ਦਰੇ, ਜੋਤੀ ਜੋਤ ਉਹ ਅਨਸ਼ਬਦ ਜਿਹੜੇ ਸ਼ਬਦ ਜਿਹੜੇ ਵੱਜਦੇ ਨੇ ਉਹ ਆਪਣੀ ਜੋਤ ਤੁਹਾਡੇ ਦਿਲ 'ਚ ਧਾਰ ਦਿੰਦਾ ਹੈਗਾ। ਯਾਨੀ ਕਿ ਜਿਹੜਾ ਹੈਗਾ ਨਾ ਆਦਮੀ ਹੈਗਾ ਜਿੰਦਾ ਹੈਗਾ ਦੋ ਚੀਜ਼ਾਂ ਨਾਲ, ਫਲੈਸ਼ ਅਤੇ ਬਲੱਡ। ਬਲੱਡ 'ਚ ਹੈਗੀ ਜਾਨ, ਫਲੈਸ਼ ਅਤੇ ਬਲੱਡ ਦੋ ਚੀਜ਼ਾਂ। ਇੱਕ ਹੈਗੀ ਤੀਜੀ ਸੁਰਤੀ, ਉਹ ਸੁਰਤੀ ਜਿਹੜੀ ਹੈ ਉਹ ਜੋਤ ਹੈਗੀ ਅਕਾਲ ਪੁਰਖ ਦੀ, ਉਹ ਜੋਤ ਤੁਹਾਡੇ ਦਿਲ 'ਚ ਫਿਰ ਉਹ ਧਾਰ ਦਿੰਦਾ ਵੀ ਇਹ ਗੁਰਮੁਖ ਹੈਗਾ, ਉਹਨੇ ਹੋਰ ਸੁਰਤੀ ਨਾਲ ਸ਼ਬਦ ਵਜਾਉਣੇ ਹੈਗੇ ਨੇ। ਅਤੇ ਇਹ ਉਹਦੀ ਹੈਗੀ ਗ੍ਰੇਸ, ਜਿਹੜੀ ਸੁਰਤੀ ਹੈਗੀ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹਾਂ ਜਾਂ ਮਿਸ ਯੂਜ਼। ਜੇ ਮਿਸ ਯੂਜ਼ ਕੀਤਾ ਤਾਂ ਜਿਹੜਾ ਤੁਹਾਨੂੰ ਮਿਲਿਆ ਉਹ ਵੀ ਨਹੀਂ ਫਿਰ ਮਿਲਦਾ। ਉਹਦਾ ਹੈਗਾ ਨਾ ਇੱਦਾਂ, ਇਹ ਜਿਹੜਾ ਚਾਰਟ ਹੈਗਾ ਇਹ ਬੜਾ ਲਾਭਦਾਇਕ ਹੈਗਾ, ਯਾਨੀ ਕਿ ਇਹ ਹੈਗਾ ਨਾ ਆਦਮੀ। ਅਤੇ ਇੱਥੇ ਹੈਗੇ ਬੇਮੁੱਖ, ਜਿਹੜਾ ਕਿ ਹੈਗਾ ਫਲੈਸ਼ ਪਲੱਸ ਸੋਲ ਦੋ ਜਾਣੇ ਉਹਦਾ ਆਦਮੀ ਹੈਗਾ, ਨੈਚੁਰਲ ਮੈਨ ਇਹਨੂੰ ਕਹਿੰਦੇ ਨੇ, ਇਹਦੇ 'ਚ ਸੁਰਤੀ ਨਹੀਂ ਹੁੰਦੀ। ਅਤੇ ਜਿਹਨੂੰ ਸੁਰਤੀ ਆਵੇ ਯਾਨੀ ਕਿ ਆਪਣੇ ਹੋਮੇ ਜਿਹਨੇ ਜਿੱਤ ਲਈ ਹੈਗੇ ਨਾ, ਇਹਨਾਂ ਨੂੰ ਹੋਮੇ ਸਤਿਗੁਰੂ ਅੰਗਦ ਦੇਵ ਜੀ ਹੋਮੇ ਮਾਰੇ ਸੀ ਨਾ, ਉਹਨਾਂ ਨੂੰ ਸਨਮੁੱਖ ਬਣਾਇਆ ਸੀ ਅਕਾਲ ਪੁਰਖ ਵਾਲੇ ਨੂੰ। ਅਤੇ ਜਿਹੜੇ ਆਪਣੇ ਹੋਮੇ ਜਿੱਤ ਜਾਣ ਅਤੇ ਸੁਰਤੀ 'ਚ ਆ ਜਾਣ
ਉਹਨਾਂ ਨੂੰ ਸੁਰਤੀ ਅਕਾਲ ਪੁਰਖ ਦਿੰਦਾ ਹੈਗਾ ਬਾਈ ਮੇਰ ਮੇਰ ਨਾਲ, ਯਾਨੀ ਨਦਰ ਨਾਲ। ਅਤੇ ਜਦੋਂ ਤੁਹਾਨੂੰ ਸੁਰਤੀ ਮਿਲ ਜਾਂਦੀ ਹੈਗੀ ਅਤੇ ਤੁਸੀਂ ਉਸ ਸੁਰਤੀ ਨੂੰ ਦੋ ਪਾਸੇ ਲਾ ਸਕਦੇ ਹੈ, ਮਾਇਆ ਕਮਾਉਣ ਵਿੱਚ ਜਾਂ ਅਕਾਲ ਪੁਰਖ ਦੀ ਮਾਇਆ ਕਮਾਉਣ ਵਿੱਚ। ਜਿਹੜੇ ਮਾਲ ਮਾਇਆ ਚ ਲੱਗ ਜਾਂਦੇ ਉਹ ਚਤਰ ਚਲਾਕ ਬਣ ਜਾਂਦੇ ਨੇ, ਉਹ ਆਪਣੀ ਮਨ ਦੀ ਚੱਲਦੇ ਨੇ, ਜੋ ਮਨ ਕਹਿੰਦਾ ਉਹੀ ਕਰਦੇ ਨੇ। ਜਿਹੜੇ ਗੁਰਮੁਖ ਹੁੰਦੇ ਉਹ ਲੌਜੀਕਲ ਰੀਜਨਿੰਗ ਗੁਰ ਨਾਲ ਬੋਲਦੇ ਨੇ, ਗੁਰ ਹੈਗਾ ਲੌਜੀਕਲ ਰੀਜਨਿੰਗ, ਉਹ ਢੰਗ ਨਾਲ ਬੋਲਦੇ ਨੇ। ਉਹ ਢੰਗ ਨਾਲ ਜਦੋਂ ਬੋਲਦੇ ਤਾਂ ਉਹ ਅਕਾਲ ਪੁਰਖ ਖੁਸ਼ ਹੁੰਦਾ ਅਤੇ ਉਹ ਫਿਰ ਉਹਨਾਂ ਨੂੰ ਹੋਰ ਦਿੰਦਾ ਹੈਗਾ। ਉਹ ਜਿਹੜੀ ਆਪਣੀ ਜੋਤ ਹੈਗੀ ਉਹਨਾਂ ਦੇ ਹਿਰਦੇ ਵਿੱਚ ਜਮਾ ਦਿੰਦਾ ਹੈਗਾ। ਇਹਨਾਂ ਦੇ ਜੋਤ ਜਿਹੜੀ ਹੈਗੀ ਮਾਇਆ ਦੀ ਜੋਤ ਜਗਦੀ ਹੈ, ਜਿਹੜੇ ਮਨਮੁੱਖ ਹੁੰਦੇ ਨੇ ਮਾਇਆ ਮਗਰ, ਮਾਇਆ ਦੀ ਜੋਤ ਇਹਨਾਂ 'ਚ ਉਹ ਆਪਣੀ ਜੋਤ ਦੇ ਦਿੰਦਾ ਅਤੇ ਹੋਰ ਉਹਦੇ ਨਾਮ ਬਜਾਓ ਅਤੇ ਕੀਰਤਨ ਕਰੋ ਅਨਹਦ, ਉਹਨਾਂ ਨੂੰ ਦੇ ਦਿੰਦਾ ਹੈਗਾ ਖਜ਼ਾਨੇ। ਅਤੇ ਜੇ ਖੁਸ਼ ਹੋਇਆ ਤਾਂ ਇੱਥੇ ਚੌਥੀ ਬਿਰਤੀ 'ਚ ਲੈ ਜਾਂਦਾ ਹੈਗਾ, ਜਿੱਥੇ ਆਦਮੀ ਦੀ ਅਕਲ 'ਤੇ ਕੋਈ ਕੰਮ ਨਹੀਂ ਕਰਦੀ ਅਤੇ ਅਕਾਲ ਪੁਰਖ ਦੇ ਤੁਸੀਂ ਟੰਡੋਰਸ਼ੀ ਬਣ ਜਾਂਦੇ ਆ। ਇਹ ਹੈਗਾ ਨਾ ਹੋਮੇ ਮਨ ਬੁੱਧੀ ਅਤੇ ਚਿੱਤ ਬਿਰਤੀ, ਸੋਚਿਆ ਸੋਚਣਾ ਹੋਈ ਜੇ ਸੋਚੀ ਲਖਵਾ, ਚੁੱਪੀਆਂ ਚੁੱਪਣਾ ਹੋਈ ਜੇ ਲੈ ਰਹਾਂ ਲਗਤਾਰ, ਭੁੱਖੀਆਂ ਭੁੱਖ ਨਾ ਤਰੀ ਜਪੰਨਾ ਪੁਰੀ ਅਖਬਾਰ, ਸਹਿਣ ਸਿਆ ਪਰ ਲੱਖੋਂ ਤਾਂ ਇੱਕ ਨਾ ਚੱਲਦੇ ਨਾ। ਇਹ ਚੌਥੀ ਬਿਰਤੀ ਦੇ ਹੈਗੇ, ਆਪਣੀ ਅਕਲ ਨਹੀਂ, ਅਕਾਲ ਪੁਰਖ ਆਪਣੀ ਅਕਲ ਖੁਦ ਦੇ ਦਿੰਦਾ ਉਹਨਾਂ ਨੂੰ ਵੀ ਹੁਣ ਤੁਸੀਂ ਲੋ ਫੜੋ ਅਤੇ ਬੋਲੋ। ਇਹਨੂੰ ਕਹਿੰਦੇ ਹੋਲੀ ਸਪਿਰਿਟ ਵਿਦ ਕੈਪੀਟਲ ਐਸ, ਇੱਥੇ ਤਾਂ ਹੋਲੀ ਸਪਿਰਿਟ ਹੁੰਦੀ, ਵਿਦ ਸਮਾਲ ਐਸ ਸੁਰਤੀ ਕਾਮਨ ਸੈਂਸ, ਇੱਥੇ ਫਿਰ ਅਕਾਲ ਪੁਰਖ ਆਪਣੀ ਦੇ ਦਿੰਦਾ ਸੁਰਤੀ। ਜੋਤੀ ਜੋ ਧਰੇ ਹਿਰਦੇ ਹਰ ਗੁਣ ਗਾਏ, ਜੈ ਜੈ ਸ਼ਬਦ ਹਰ, ਹਿਰਦੇ ਉਹ ਫਿਰ ਹਰ ਗੁਣ ਗਾਉਂਦਾ ਹੈਗਾ। ਇਹ ਜਿਹੜੇ ਬਾਣੀ ਨਿਕਲਦੀ ਹਿਰਦੇ ਤੋਂ ਨਿਕਲਦੀ ਗੀ, ਕਿਤਾਬਾਂ 'ਚ ਲਿਖੀ ਨਹੀਂ ਜਾ ਸਕਦੀ। ਜੇ ਲਿਖੀ ਜਾਂਦੀ ਤਾਂ ਤੁਰਕੀ ਬਾਣੀ ਨਾ ਹੁੰਦੀ, ਅਤੇ ਤੁਰਕੀ ਬਾਣੀ ਤੁਸੀਂ ਹਿਰਦੇ ਤੋਂ ਕੱਢਦੇ ਹੈਗੇ ਅਤੇ ਫਿਰ ਉਹ ਜਦੋਂ ਗਾਉਂਦਾ ਹੈਗਾ, ਜਦੋਂ ਲੋਕ ਜਿਹੜੇ ਸੁਰ ਨਾਲ ਹੈਗੇ ਨੇ ਜਾਂ ਜਿਹਨਾਂ ਨੂੰ ਸੁਰਤੀ ਹੈਗੀ, ਉਹ ਫਿਰ ਜੈ ਜੈਕਾਰ ਕਰਦੇ ਨੇ, ਨਾਲੇ ਕਹਿੰਦੇ ਵਾਹ ਵਾਹ ਕਿਆ ਕਹਿੰਦੇ। ਉਹ ਜੈ ਜੈ ਸ਼ਬਦ ਹਰ, ਉਹਦੀ ਜੈ ਜੈ ਹੁੰਦੀ ਸ਼ਬਦ ਦੀ ਹਰ ਅਕਾਲ ਪੁਰਖ ਦੇ। ਜਗ ਮੇ ਵਰਤੇ ਆਪ ਹਰ ਛੇਤੀ ਪ੍ਰੀਤ ਕਰ, ਜਗ ਮੇ ਵਰਤੇ ਆਪ, ਜਗ ਵਿੱਚ ਆਪ ਵਰਤਦਾ ਹੈਗਾ, ਹਰ ਛੇਤੀ ਪ੍ਰੀਤ ਕਰ, ਆਪਣੇ ਅਕਾਲ ਪੁਰਖ ਨਾਲ ਛੇਤੀ ਮੈਂ ਨਾ ਉਹਦੇ ਨਾਲ ਪ੍ਰੀਤ ਕਰ, ਉਹਦੇ ਨਾਲ ਪ੍ਰੀਤ ਕਰ ਤੂੰ, ਯਾਨੀ ਕਿ ਉਹਦਾ ਬਣਿਆ ਰਹੋ। ਇਹ ਹੈਗੀ ਇਹਦੀ ਵਿਆਖਿਆ, ਅਤੇ ਇਹ ਬਾਣੀ ਬਹੁਤ ਸੌਖੀ ਹੈਗੀ ਜੇ ਕੋਈ ਇਹਨੂੰ ਸਮਝੇ ਅਤੇ ਚਿੱਤ ਲਾ ਕੇ ਅਕਾਲ ਪੁਰਖ ਦੇ ਗੁਣ ਗਾਏ, ਉਹ ਗੁਰਮੁਖ ਬਣ ਗਏ। ਇਹ ਨਹੀਂ ਕਿ ਆਪਣਾ ਮਨਮੁੱਖ ਬਣ ਕੇ ਅਤੇ ਵਡਿਆਈ ਕਰੇ, ਜਿਹੜੇ ਆ ਜਾਂਦੇ ਨਾ ਆਪਣੇ ਗੁਰਦੁਆਰੇ 'ਚ ਉਹ ਵਡਿਆਈ ਕਰਨ ਲੱਗ ਪੈਂਦੇ ਨੇ, ਅਤੇ ਵਡਿਆਈ ਨਾ ਕਹਿੰਦੇ ਵੀ ਅਸੀਂ ਉਹਨੂੰ ਖੁਸ਼ ਕਰ ਲਈਏ ਅਕਾਲ ਪੁਰਖ ਨੂੰ, ਉਹੀ ਤਾਂ ਨਹੀਂ ਖੁਸ਼ ਹੁੰਦਾ, ਉਹ ਖੁਸ਼ ਹੁੰਦਾ ਹੈਗਾ ਉਹਦੇ ਗੁਣ ਗਾਉਣ ਦਾ। ਇਹ ਗੁਣ ਗਾਏ ਜਾਂਦੇ ਨੇ ਲੌਜੀਕਲ ਰੀਜਨਿੰਗ ਨਾਲ, ਜਿੱਦਾਂ ਜਿੱਦਾਂ ਲੌਜੀਕਲ ਰੀਜਨਿੰਗ ਕਰੋਗੇ ਉੱਦਾਂ ਉੱਦਾਂ ਗੁਣ ਗਾਓਗੇ ਅਤੇ ਉਹ ਤੁਹਾਨੂੰ ਹੋਰ ਦੇਵੇਗਾ, ਜਿੰਨਾ ਧਨ ਖਰਚੋਗੇ ਉਹਦੇ ਨਾਲ ਜ਼ਿਆਦਾ ਮਿਲੇਗਾ। ਇਹ ਧਨ ਜਿਹੜਾ ਹੈਗਾ ਇਹ ਨਖੁੱਟ ਹੈਗਾ, ਆਹ ਜਿਹੜਾ ਦੁਨੀਆ ਦਾ ਧਨ ਹੈਗਾ ਇਹ ਨਖੁੱਟ ਨਹੀਂ ਹੈਗਾ, ਇਹ ਜਿੰਨਾ ਖਰਚੋਗੇ ਉਨਾ ਘੱਟ ਹੋਏਗਾ, ਇਹ ਜਿੰਨਾ ਖਰਚੋਗੇ ਉਨਾ ਵਧੇਗਾ। ਇਹ ਹੈਗੀ ਇਹਦੀ ਵਿਆਖਿਆ।